80 ਸਾਲਾਂ ਤੋਂ ਇਸ ਬੇਬੇ ਅਤੇ ਬਾਪੂ ਨੇ ਆਪਣੇ ਰਿਸ਼ਤੇ ਨੂੰ ਇਸ ਤਰ੍ਹਾਂ ਪਿਆਰ ਨਾਲ ਨਿਭਾਇਆ ਜਿਹਨੂੰ ਦੇਖ ਕੇ ਵੱਡੇ ਵੱਡੇ ਵੀ ਸ਼ਰਮਾ ਜਾਣ ਕਿ ਕਿਵੇਂ ਇੰਨੀ ਉਮਰਾਂ ਤੱਕ ਲੋਕ ਰਿਸ਼ਤਿਆਂ ਨੂੰ ਪਿਆਰ ਦੇ ਨਾਲ ਨਿਭਾ ਸਕਦੇ ਨੇ ਜਿੱਥੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਪਤੀ ਪਤਨੀ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਨੇ ਉੱਥੇ ਹੀ 85 ਸਾਲ ਦਾ ਇਹ ਬਾਪੂ ਆਪਣੀ ਪਤਨੀ ਨੂੰ ਯਾਦ ਕਰ ਕਰਕੇ ਰੋ ਰਿਹਾ ਹੈ ਇਸ ਪਤਨੀ ਨੂੰ ਕਿਸੇ ਹੋਰ ਨੇ ਨਹੀਂ इस दादी नू उसे दे ही पोते दे वलों खत्म कीता गया। एड्डा वड्डा घर जो तुसी तस्वीरां दे विच देख रहे हो इहदे सामने पोता आके अपना ट्रैक्टर लगाउंदा सी, ब्रेक मारदा सी अते मिट्टी खड़ा देंदा सी, जिस दे कारण गुस्से दे विच आए दादी दे वलों कई बार पोते नू समझाया गया पर उसने एक ना मन्नी। आखिरकार उसने वह कर दिता जिस बारे किसी ने कदे सोचा नहीं सी। ਇਹ ਸਾਰਾ ਮਾਮਲਾ ਸਾਹਮਣੇ ਆ ਰਿਹਾ ਹੈ ਬਟਾਲਾ ਤੇ ਪਿੰਡ ਨਾਦਪੁਰ ਤੋਂ ਜਿੱਥੇ 85 ਸਾਲਾ ਦਾਦੀ ਨੂੰ ਉਸ ਦੇ ਪੋਤੇ ਦੀਪ ਸਿੰਘ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਘਰ ਅੰਦਰ ਵੜ ਕੇ ਖਤਮ ਕਰ ਦਿੱਤਾ ਗਿਆ। ਸ਼ਾਮ ਦਾ ਉਹ ਸਮਾਂ ਸੀ ਜਦੋਂ ਇਸ ਘਰ ਦੇ ਵਿੱਚ ਉਹ ਗੁੱਸੇ ਦੇ ਵਿੱਚ ਆਏ ਪੋਤਾ ਦੀਪ ਸਿੰਘ ਦਾਖਲ ਹੁੰਦਾ ਤੇਜ਼ ਧਾਰ ਹਥਿਆਰ ਦੇ ਨਾਲ ਆਪਣੇ ਹੀ ਦਾਦਾ ਦਾਦੀ ਨੂੰ ਬੁਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੰਦਾ। ਦੱਸ ਦਈਏ ਕਿ ਦਾਦੇ ਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਦਾਦੀ ਦੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ, ਉਸ ਦਾਦੀ ਨੂੰ ਚਕਨਾ ਚੂਰ ਕਰ ਦਿੱਤਾ ਗਿਆ। ਨੇੜਲੇ ਹਸਪਤਾਲ ਦੇ ਵਿੱਚ ਇਸ ਬਜ਼ੁਰਗ ਦਾਦੀ ਨੂੰ ਜਿਸ ਦੀ ਉਮਰ 85 ਸਾਲ ਹੈ ਲਿਜਾਇਆ ਗਿਆ ਸੀ ਪਰ ਉੱਥੋਂ ਉਸਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਕਾਦੀਆਂ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਬੇਰਹਿਮ ਪੋਤੇ ਦੇ ਵੱਲੋਂ ਆਪਣੀ ਦਾਦੀ ਨੂੰ ਖਤਮ ਕੀਤਾ ਗਿਆ। ਆਓ ਸੁਣਦੇ ਹਾਂ ਇਸ ਸਾਰੇ ਮਾਮਲੇ ਬਾਰੇ ਉੱਥੇ ਮੌਜੂਦ ਦਾਦੇ ਦੇ ਵੱਲੋਂ ਜਿਨ੍ਹਾਂ 'ਤੇ ਸੱਟਾਂ ਵੀ ਮਾਰੀਆਂ ਗਈਆਂ ਨੇ। ਦੱਸਿਆ ਗਿਆ ਉਹਨਾਂ ਦੇ ਵੱਲੋਂ ਕਿ ਮੇਰੇ ਹੀ ਪੋਤੇ ਨੇ, ਮੇਰੇ ਖੂਨ ਨੇ ਅੱਜ ਮੇਰੇ ਨਾਲ ਇੰਜ ਕੀਤਾ ਜਿਸ ਨੂੰ ਮੈਂ ਸੋਚ ਕੇ ਵੀ ਹੈਰਾਨ ਹੁੰਦਾ। ਅਤੇ ਦੂਜੇ ਪਾਸੇ ਮੇਰੀ ਉਹ ਜੀਵਨ ਸਾਥੀ ਮੇਰੇ ਤੋਂ ਖੋਹ ਲਈ ਗਈ ਜੋ ਦਿਨ ਰਾਤ ਮੇਰਾ ਖਿਆਲ ਰੱਖਦੀ ਸੀ। ਦਾਦੇ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਇੱਕ ਦੂਸਰੇ ਦੇ ਹਮਸਫ਼ਰ 85 ਸਾਲ ਤੋਂ ਹਾਂ। ਜੇਕਰ ਉਸਨੂੰ ਕੋਈ ਚੀਜ਼ ਦੀ ਲੋੜ ਹੁੰਦੀ ਸੀ ਤਾਂ ਮੈਂ ਉਸਦਾ ਸਹਾਰਾ ਬਣਦਾ ਸੀ ਅਤੇ ਉਹੀ ਮੇਰਾ ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਸੀ ਜਿਹੜਾ ਕਿ ਪੋਤੇ ਨੇ ਹੀ ਦੂਰ ਕਰ ਦਿੱਤਾ। ਸਾਡੇ ਨਾਲ ਕੋਈ ਲੈਣ ਦੇਣ ਨਹੀਂ, ਸਾਡੇ ਬੂਹਾ ਰਾਤ ਭੰਨਦਾ ਰਿਹਾ। ਬੂਹਾ ਭੰਨਦਾ ਸੀ, ਮੈਂ ਬਾਹਰ ਨਿਕਲਿਆ, ਬਾਹਰ ਨਿਕਲਦਾ ਮੇਰੇ ਉਹਨੇ ਸਿਰ 'ਚ ਮਾਰੀ, ਸਿਰ 'ਚ ਮਾਰ ਕੇ ਉਹ ਘਰ ਦੀ ਮੇਰੀ ਫਿਰ ਮਗਰੋਂ ਆਈ ਆ ਵੀ ਤੂੰ ਇਹ ਕਰਨ ਡਿਆ, ਇਹ ਕੀ ਕਰਨ ਡਿਆ। ਮੈਂ ਉਹਨਾਂ ਨੂੰ ਦੋ ਤਿੰਨ ਸੱਟਾਂ ਹੀ ਦਾ ਦਿੱਤੀਆਂ। ਕਿੱਥੇ ਕਿੱਥੇ ਮਾਰੀ ਕੱਢ? ਆ ਬਾਹਰ ਰਿਹਾ ਸਿਰ 'ਚ, ਠੀਕ ਹੈ ਜੀ, ਇਸੇ ਮੋਢੇ ਦੇ ਵਾ। ਅਤੇ ਮਾਤਾ ਜੀ ਕਿੱਥੇ ਕਿੱਥੇ ਲਾਈਆਂ? ਮਾਤਾ ਤਾਂ ਉਹਨੇ ਸਰੀਰ ਭੰਨ ਛੱਡਿਆ ਜੀ ਸਾਰਾ, ਮਾਤਾ ਦੇ ਉਹਨੇ ਹੱਡੀਆਂ ਹੀ ਨਹੀਂ ਛੱਡੀਆਂ, ਉਹਨੇ ਹੱਡੀਆਂ ਹੀ ਤੋੜਤੀਆਂ ਸਾਰੀਆਂ। ਮਾਤਾ ਜੇ ਮਾਤਾ ਗਾਂਹ ਆਈ ਤਾਂ ਉਹਨੂੰ ਛੱਡ ਕੇ ਉਹਨੇ ਹੱਡੀਆਂ ਤੋੜ ਕੇ ਬਥੇਰਾ ਲੋਕ ਲਾਗੇ ਖਲੋਤੇ ਸੀ, ਬਥੇਰਾ ਨੂੰ ਆਉਂਦੇ ਵੀ ਹੱਡ ਜਾ ਮਰ ਜਾਣੀ ਆ, ਬੁਰੀ ਮਰ ਜਾਣੀ ਆ, ਆਉਂਦਾ ਵੀ ਮਰ ਜਾਏ। ਕੀ ਮੰਗ ਕਰਦੇ ਹੋ? ਹੈਂ ਮੰਗ ਕੀ ਕਰਦੇ ਹੋ? ਮੰਗ ਇਹੀ ਕਰਨੇ, ਇਨਸਾਫ਼ ਹੋਣਾ ਚਾਹੀਦਾ, ਝੂਠ ਨਹੀਂ ਹੋਣਾ ਚਾਹੀਦਾ, ਸੱਚ ਹੋਣਾ ਚਾਹੀਦਾ। ਉਹਦੀ ਸਜ਼ਾ ਜਿਹੜੀ ਆ ਵੱਧ ਤੋਂ ਵੱਧ ਮਿਲਣੀ ਚਾਹੀਦੀ ਆ, ਘੱਟ ਨਹੀਂ ਮਿਲਣੀ ਚਾਹੀਦੀ। ਤੁਹਾਡਾ ਜੀਵਨ ਸਾਥੀ ਚੱਲਿਆ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ? ਮੈਂ ਤਾਂ ਬਹੁਤ ਔਖਾ ਜੀ, ਮੈਂ ਤਾਂ ਸਾਡੇ ਪਿੰਡ ਕੋਈ ਪੁੱਛ ਰਿਹਾ ਸਾਨੂੰ ਇਹ ਆਉਂਦੇ ਤੁਸੀਂ ਬਹੁਤ ਸੌਖੇ ਜੀ, ਜੇ ਜੀਵਨ ਸਾਥੀ ਕੋਲ ਸੀ ਤਾਂ ਫਿਰ ਜਿਹੜੀ ਚੀਜ਼ ਦੀ ਲੋੜ ਹੋਣੀ ਮੰਗ ਲੈਣੀ, ਇੱਕ ਦੂਜੇ ਨੂੰ ਦੇ ਦੇਣੀ, ਅਤੇ ਹੁਣ ਤਾਂ ਜੀ ਮੈਂ ਰਹਿ ਗਿਆ ਇਕੱਲਾ। ਪਿਆਰ ਵਾਧੂ ਸੀ ਮਾਤਾ ਜੀ ਨੂੰ? ਬਹੁਤ ਜ਼ਿਆਦਾ ਪਿਆਰ ਸੀ, ਬਹੁਤ ਮਾੜੀ ਘਟਨਾ ਕੀਤੀ ਹੈ ਸਾਡੇ ਨਾਲ, ਬਹੁਤ ਧੱਕਾ ਆਇਆ। ਤੁਸੀਂ ਸੁਣਿਆ ਕਿ ਇਸ ਬਜ਼ੁਰਗ ਦਾਦੇ ਦੇ ਵੱਲੋਂ ਕਿਵੇਂ ਦੱਸਿਆ ਗਿਆ ਕਿ ਉਸਦਾ ਪੋਤਾ ਗੁੱਸੇ ਦੇ ਵਿੱਚ ਘਰ ਦੇ ਅੰਦਰ ਦਾਖਲ ਹੁੰਦਾ ਅਤੇ ਉਸ ਤੋਂ ਬਾਅਦ ਰਾੜ ਮਾਰ ਕੇ ਦਾਦਾ ਅਤੇ ਦਾਦੀ ਨੂੰ ਜ਼ਖਮੀ ਕਰਦਾ, ਦਾਦੀ ਦੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ। ਦਾਦੇ ਦੇ ਵੱਲੋਂ ਇਹ ਦੁੱਖ ਸਹਾਰਿਆ ਨਹੀਂ ਜਾ ਰਿਹਾ। ਇੱਕ ਪਾਸੇ ਤਾਂ ਸਰੀਰ 'ਤੇ ਲੱਗੀਆਂ ਇਹ ਸੱਟਾਂ ਅਤੇ ਦੂਸਰੀਆਂ ਮਨ 'ਤੇ ਲੱਗੀਆਂ ਉਹ ਸੱਟਾਂ ਜਿਸ ਦੇ ਵਿੱਚ ਇਹ ਸੋਚ ਸੋਚ ਕੇ ਹੈਰਾਨ ਹੈ ਕਿ ਮੇਰੇ ਹੀ ਖੂਨ ਨੇ ਮੇਰੇ ਨਾਲ ਇੰਜ ਕਰ ਦਿੱਤਾ। ਕਦੇ ਸੋਚਿਆ ਨਹੀਂ ਸੀ ਦਾਦੇ ਨੇ ਕਿ ਮੇਰਾ ਪੋਤਰਾ ਹੀ ਮੇਰੀ ਪਤਨੀ ਦੀ ਜਾਨ ਲਵੇਗਾ। ਉਹ ਦਾਦੀ ਜਿਹੜੀ ਆਪਣੇ ਪੋਤੇ ਦੇ ਜਨਮ ਹੋਣ 'ਤੇ ਲੱਡੂ ਵੰਡਦੀ ਫਿਰਦੀ ਸੀ, ਬੇਹੱਦ ਖੁਸ਼ ਹੋਈ ਸੀ ਅਤੇ ਚਾਵਾਂ ਦੇ ਨਾਲ ਸਾਰੇ ਪਿੰਡ ਦੇ ਵਿੱਚ ਘੁੰਮਦੀ ਸੀ ਕਿ ਸਾਡੇ ਘਰ ਦੀਪ ਸਿੰਘ ਹੋਇਆ, ਇੱਕ ਨਵਾਂ ਦੀਪ ਜਗਿਆ ਅਤੇ ਇੱਕ ਆਸ ਦੀ ਕਿਰਨ ਆਈ ਹੈ। ਪਰ ਉਸਦੇ ਵੱਲੋਂ ਕਿਵੇਂ ਇੰਨੇ ਵੱਡੇ ਘਰ ਨੂੰ ਅੱਜ
सुनसान कर दिता गया। तुसी तस्वीरां दे विच देख सकते हो। दादा दादी की यह तस्वीर देख के भी मुंडे नू शर्म नहीं आई कि वह की करन जा रहा है। फिलहाल यह सारा मामला पुलिस के ध्यान दे विच लियांदा गया। पुलिस का कहना है कि बनती कार्रवाई की जाएगी। इस विचाले एक खबर भी सामने आई सी जिस दे विच कहा गया कि यह हो सकता है मुंडा नशे का भी आदि होवे। फिलहाल पुलिस के वलों पूरी जांच पड़ताल की जानी है। उस तो बाद ही साफ हो पाएगा कि आखिरकार उस मुंडे दे वलों सिर्फ महज गुस्से दे विच कीता गया या फिर उसने नशा भी कीता होया सी। अपने पुत दे बारे ये सारी गलबात सुन के पिता का सिर भी शर्मसार है कि किवें उसने अपने दादे नू खत्म कर दिता, उसके माता पिता नू ही खत्म कर दिता। यह पूरी तरह के नाल उजड़िया होया घर तुसी देख सकते हो कि किवें तीन पीढ़ियां दे नाल जुड़िया होया है एक रिश्ता। दादा ते पोता विचाले फसे माँ बाप अज अपने ही पुत नू सज़ा दवाउण दे लई मजबूर हो रहे ने। आओ सुनते हैं इस सारे मामले ते पिंड दे लोकां ते रिश्तेदारां समेत पुलिस वालियां दे वलों की कुछ दस्या गया। कोई भी चीज नहीं मिल जाए सब कुछ सरी जाता मतलब अन्ने वाह मतलब उन्हें वेख्या नहीं सरिया को सरिया भी मारिया बहुत ज्यादा दो खुंडिया दो बजुर्ग दोवे तोड़ती वेखने चूड़ा टुट गया एक खून बहुत ज्यादा हो गया बाकी उन्हें मतलब वेख्या नहीं कितने कितने बजी है सिर च भी चबाड़ा भी तोड़ छड़िया इतों अपने घर से जिन्हां नूं सट्टां लाईआं मुंडा हैगा सी के दीप भी उसे पिंड दा ही आ सन ऑफ सरवण सिंह आ इहने सट्टां लाईआं जिहदे करके बजुर्ग जोड़ा दोवें जेरे लाज सीगे। असीं उहदे संबंधी जिहड़ा 7 तरीक नूं एक FIR जिहड़ी असीं लॉन्च कर दित्ती है। तो FIR असी इनिशली 308 452 जो भी 323 दियां ओरिजिनली सट्टां सीगियां तो उहदे बेस ते असी FIR लॉन्च कर दित्ती सी। लेटर ऑन अज सानू इंटीमेशन आई हॉस्पिटल तो भी जिहदे तो सानू यह पता लगा भी माता जी की माता महिंदर कौर जी की लगभग 85 ईयर हैगी है तो उहदा जुर्म 302 दा कर दिता। तो एक जिहड़ा दोषी हैगा इको ही दोषी है केदीप सिंह जिहड़ा फिलहाल एक दोषी है उन्होंने अरेस्ट कर लिया। नहीं ये गल अजे मेरे इन्वेस्टिगेशन अजे नहीं आई कि नशे का आदि सीगा तो इन्हों का जिन्ना क मैं पता लगा या बेसिक चीज़ हैगी ही भी थोड़ा जहा एक ट्रैक्टर ट्रूटर उतों मुड़ता सी जिदे करके इन्हों के आपस में तू मैं होंगी सी तो इन्हें गुस्से च आके तो उन्होंने बजुर्गों को फुट दिता तो जिदे करके उन्होंने सट ज़्यादा लगन करके ही लगता कि मौत हो गई है। बाकी बेसिक जिहड़े रीजनस है वो क्लीयर हो जाएंगे।